ਆ ਵੀ ਸੰਧੂ ਕੀ ਗੱਲ ਢਿੱਲਾ ਜਾ ਬੈਠਾ ਯਾਰ ਵੀਡੀਓ ਕੋਈ ਨਹੀਂ ਚੱਲਣ ਦੀ ਵਿਊ ਕੋਈ ਨਹੀਂ ਆਉਣ ਡਿਆ ਫਿਰ ਐ ਕਰਦੇ ਆ ਆਪਾਂ ਕੱਢਦੇ ਆ ਸਿੱਧੂ ਨੂੰ ਗਾਲਾਂ ਹਾਂ ਕਿ ਨਹੀਂ ਗੱਲ ਸਹੀ ਉਹ ਸਿੱਧੂ ਮੂਸੇ ਨੂੰ ਗਾਲਾਂ ਕੱਢ ਕੇ ਮਸ਼ਹੂਰੀ ਮਸ਼ਹਾਰੀ ਲੈ ਲੈਂਦੇ ਵਾਹ ਹੀ ਪਾਵਾਂਗੇ ਵੀਡੀਓ ਵੀਡੀਓ ਅੰਦਰ ਖਾਤੇ ਗਾਣੇ ਦਾ ਪਸਤਾ ਦਸਣ ਲਈ ਨੇ ਉਹ ਚਲਾਉਣੀ ਆ ਪਕੜਾ ਕਰ ਪਤਾ ਲੱਗਣਾ ਪਾ ਦਿਓ ਸਿੱਧੂ ਤੇ ਵੀਡੀਓ ਪਾ ਦਿਓ ਬੱਬੂ ਮਾਨ ਤੇ ਵੀਡੀਓ ਵੀ ਤੁਹਾਡਾ ਗਾਣਾ ਹਿੱਟ ਹੋ ਗੱਲ ਸੁਣੋ ਜੱਸੀ ਜਸਰਾਜ ਪਹਿਲਾਂ ਤੈਨੂੰ ਝਾੜੂ ਵਾਲਿਆਂ ਨੇ ਖਿਲਾਰਿਆ ਹੁਣ ਤੂੰ ਮੂਸੇ ਵਾਲਿਆਂ ਨਾਲ ਪੰਗਾ ਲੈ ਲਿਆ ਸੜਿਆ ਪਾਵਾ ਮੋੜ ਕੇ ਉੱਥੇ ਦੇ ਦਾਂਗੇ ਮੂਸੇ ਵਾਲੇ ਨਾਲ ਪੰਗੇ ਲਏ ਤਾਂ ਫਿਰ ਨਾ ਕਹੀਂ ਦੱਸਿਆ ਨਹੀਂ ਜੱਸੀ ਜਸਰਾਜ ਇਹ ਪਤਾ ਨਹੀਂ ਕਿਹੜੀ ਖੱਡ ਚੋਂ ਨਿਕਲਿਆ ਆ ਜਿਹੜਾ ਉੱਠਦਾ ਚੱਕ ਸਿੱਧੂ ਮੂਸੇ ਵਾਲੇ ਨਾਲ ਪੰਗਾ ਲੈ ਲੈਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੈਮੀ ਧਾਲੀਵਾਲ ਸਰੀ ਤੋਂ ਅਤੇ ਅੱਜ ਆਪਾਂ ਗੱਲ ਕਰਦੇ ਹਾਂ ਕਲਾਕਾਰਾਂ ਦੀ ਕਹਿੰਦੇ ਜਿਹੜੇ ਕਲਾਕਾਰ ਦਾ ਗੀਤ ਆਉਣ ਵਾਲਾ ਹੁੰਦਾ ਜਾਂ ਫਿਰ ਕਿਸੇ ਦੀ ਮੂਵੀ ਆਉਣ ਵਾਲੀ ਹੁੰਦੀ ਆ ਸਾਰੇ ਜਾਣੇ ਕਹਿ ਦਿੰਦੇ ਆ ਵੀ ਪਾ ਦਿਓ ਸਿੱਧੂ 'ਤੇ ਵੀਡੀਓ ਪਾ ਦਿਓ ਬੱਬੂ ਮਾਨ 'ਤੇ ਵੀਡੀਓ ਵੀ ਤੁਹਾਡਾ ਗਾਣਾ ਹਿੱਟ ਹੋ ਜੂਗਾ ਜਾਂ ਤੁਹਾਨੂੰ ਪਬਲਿਸਿਟੀ ਮਿਲ ਜੂ ਤੁਸੀਂ ਫੇਮਸ ਹੋ ਜਾਓਗੇ ਜਾਂ ਫਿਰ ਤੁਹਾਡੀ ਮੂਵੀ ਹਿੱਟ ਹੋ ਜੂ ਉਹੀ ਗੱਲ ਆ ਵੀ ਜਿੱਦਾਂ ਕਹਿੰਦੇ ਸੀ ਨਾ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਸਾਰਾ ਸਾਲ ਪੜ੍ਹਨਾ ਨਾ ਬਾਅਦ 'ਚ ਕਹਿ ਦੇਣਾ ਵਿੱਦਿਆ ਪੜ੍ਹਾਈ ਦਾ ਉਹਨੂੰ ਕਿਤਾਬ 'ਚ ਰੱਖ ਲਓ ਵਿੱਦਿਆ ਪੜ੍ਹਾਈ ਨੂੰ ਅਤੇ ਜਾਂ ਫਿਰ ਮੋਰ ਦਾ ਖੰਭ ਕਿਤਾਬ 'ਚ ਰੱਖ ਲੈਂਦੇ ਹੁੰਦੇ ਸੀਗੇ ਵੀ ਉਹਦੇ ਨਾਲ ਅਸੀਂ ਪਾਸ ਹੋ ਜਾਵਾਂਗੇ ਜਾਂ ਫਿਰ ਗੁਰਦੁਆਰੇ ਜਾ ਕੇ ਕਹਿੰਦੇ ਹੁੰਦੇ ਸੀਗੇ ਬਾਬਾ ਸਾਨੂੰ ਐਤਕੀ ਪਾਸ ਕਰਾ ਦੇ ਅਗਲੇ ਸਾਲ ਨੂੰ ਅਸੀਂ ਪੱਕਾ ਪੜ੍ਹਾਂਗੇ ਸ਼ੁਰੂ ਤੋਂ ਪੜ੍ਹਨਾ ਸ਼ੁਰੂ ਕਰ ਦਾਂਗੇ ਵੀ ਆਹ ਕਲਾਸ 'ਚ ਉਨਗਾ ਦੇ ਉਹੀ ਗੱਲ ਹੋਈ ਵੀ ਹੈ ਵੀ ਜਿਹੜੇ ਸਿੰਗਰ ਦਾ ਗਾਣਾ ਆਉਣਾ ਹੁੰਦਾ ਉਹੀ ਚੱਕ ਕੇ ਸਿੱਧੂ 'ਤੇ ਵੀਡੀਓ ਪਾ ਦਿੰਦਾ ਸਿੱਧੂ ਭਾਵੇਂ ਕਿਸੇ ਨੂੰ ਕੁਛ ਕਹਿੰਦਾ ਜਾਂ ਨਹੀਂ ਕਹਿੰਦਾ ਹਰੇਕ ਨੂੰ ਇਹੀ ਵਹਿਮ ਹੋਇਆ ਵਾ ਵੀ ਸਿੱਧੂ 'ਤੇ ਵੀਡੀਓ ਪਾ ਦਿਓ ਗਾਣਾ ਆਉਣ ਤੋਂ ਪਹਿਲਾਂ ਅਤੇ ਹੁਣ ਆਹ ਦੇਖ ਲਓ ਇੱਕ ਜੱਸੀ ਜਸਰਾਜ ਜਿਹਨੂੰ ਆਪਾਂ ਕਹਿੰਦੇ ਹੁੰਦੇ ਪਾਵੇ ਵਾਲਾ ਸਿੰਗਰ ਇਹਦਾ ਨਾਂ ਲੋਕਾਂ ਨੇ ਵੀ ਪਾਵੇ ਵਾਲਾ ਸਿੰਗਰ ਰੱਖਿਆ ਸੀਗਾ ਅਤੇ ਅਸੀਂ ਵੀ ਇਹਨੂੰ ਪਾਵੇ ਵਾਲਾ ਸਿੰਗਰ ਕਹਿੰਦੇ ਸੀ ਜੱਸੀ ਜਸਰਾਜ ਇਹ ਪਤਾ ਨਹੀਂ ਕਿਹੜੀ ਖੱਡ 'ਚੋਂ ਨਿਕਲਿਆ ਆ ਕਿੰਨੇ ਚਿਰ ਦਾ ਛੁਪਿਆ ਬੈਠਾ ਹੁਣ ਖੱਡ 'ਚੋਂ ਨਿਕਲਿਆ ਆ ਪਹਿਲਾਂ ਇਹ ਸਿੰਗਰ ਹੁੰਦਾ ਸੀ ਬਾਅਦ 'ਚ ਇਹ ਸਿਆਸਤਦਾਨ ਬਣ ਗਿਆ ਅਤੇ ਹੁਣ ਫਿਰ ਕੀ ਹੋਇਆ ਉੱਧਰ ਮੇਲਾ ਦਾ ਕਾਮਯਾਬ ਨਹੀਂ ਹੋਇਆ ਹੁਣ ਇਹ ਫਿਰ ਸਿੰਗਰ ਬਣਨ ਲੱਗਿਆ ਆ ਭਾਈ ਪੰਜਾਬ ਦੇ ਮਸਲੇ ਬਹੁਤ ਜ਼ਿਆਦਾ ਆ ਕਿਸਾਨਾਂ ਦੇ ਮੁੱਦੇ ਚੱਕ ਲਾ ਮੰਡੀਕਰਨ ਦੇ ਮੁੱਦੇ ਚੱਕ ਲਾ ਕਿ ਸਿੱਧੂ ਮੂਸੇਵਾਲੇ ਦੀ ਸੇਵਾ ਹਰੇਕ ਨੂੰ ਜਿਹੜਾ ਉੱਠਦਾ ਚੱਕ ਸਿੱਧੂ ਮੂਸੇਵਾਲੇ ਦੇ ਨਾਲ ਪੰਗਾ ਲੈ ਲੈਂਦਾ ਜਾਂ ਫਿਰ ਬੱਬੂ ਮਾਨ 'ਤੇ ਵੀਡੀਓ ਪਾ ਦਿੰਦਾ ਮੈਨੂੰ ਤਾਂ ਇਹਦੀ ਜੱਸੀ ਜਸਰਾਜ ਦੀ ਸਮਝ ਨਹੀਂ ਆਉਂਦੀ ਹੁਣ ਇਹ ਫਿਰ ਸਿੰਗਰ ਤੋਂ ਬਾਅਦ ਇਹ ਲੀਡਰ ਬਣ ਗਿਆ ਲੀਡਰ ਤੋਂ ਬਾਅਦ ਇਹ ਫਿਰ ਸਿੰਗਰ ਬਣਨ ਲੱਗਿਆ ਜਾਂ ਤਾਂ ਤੂੰ ਲੀਡਰ ਬਣ ਜਾਂ ਸਿੰਗਰ ਬਣ ਜਾ ਅੱਧ ਵਿਚਾਲਾ ਜਾਣਾ ਨਾ ਕਰ ਕਦੇ ਸਿੰਗਰ ਬਣ ਜਾਂਦਾ ਕਦੇ ਲੀਡਰ ਲੋਕਾਂ ਨੂੰ ਵੀ ਕਨਫਿਊਜ਼ ਕੀਤਾ ਪਿਆ ਤੂੰ ਹੈ ਨਾ ਲੋਕ ਵੀ ਸਾਰੇ ਕਨਫਿਊਜ਼ ਹੁੰਦੇ ਵੀ ਇਹ ਲੀਡਰ ਆ ਕਿ ਸਿੰਗਰ ਆ ਹੁਣ ਨਾ ਲੀਡਰ ਬਣਿਆ ਗਿਆ ਨਾ ਸਿੰਗਰ ਬਣਿਆ ਗਿਆ ਹੁਣ ਇੱਕ ਚੀਜ਼ ਰੱਖ ਲਾ ਜੇ ਲੀਡਰ ਬਣਿਆ ਸੀ ਲੀਡਰ ਹੀ ਬਣਿਆ ਰਹੇ ਹੁਣ ਐਵੇਂ ਚੱਕ ਕੇ ਵੀਡੀਓ ਪਾਈ ਜਾਂਦਾ ਕਿੰਨੇ ਦਿਨ ਹੋ ਗਿਆ ਫੇਸਬੁੱਕ ਜਦੋਂ ਫੇਸਬੁੱਕ ਖੋਲਦੇ ਹਾਂ ਚੱਕ ਕੇ ਇਹਦੀ ਵੀਡੀਓ ਨਿਕਲ ਆਉਂਦੀ ਆ ਭਾਈ ਆ ਪਾਵੇ ਵਾਲੇ ਸਿੰਗਰ ਦੀ ਅਤੇ ਤੁਹਾਨੂੰ ਕਿੱਦਾਂ ਲੱਗਦਾ ਵੀ ਇਹ ਸਾਰੇ ਜਾਣੇ ਕਰਦੇ ਆ ਕਿ ਨਹੀਂ ਕਰਦੇ ਵਿੱਦਿਆ ਪੜ੍ਹਾਈ ਅਤੇ ਮੋਰ ਦਾ ਖੰਭ ਕਿਤਾਬ 'ਚ ਰੱਖਣ ਵਾਂਗੂ ਵੀ ਹਰੇਕ ਹੀ ਚੱਕ ਕੇ ਜਿਹੜੇ ਸਿੰਗਰ ਦਾ ਗਾਣਾ ਆਉਣਾ ਚੱਕ ਕੇ ਸਿੱਧੂ 'ਤੇ ਵੀਡੀਓ ਪਾ ਦਿੰਦਾ ਵੀ ਸਿੱਧੂ 'ਤੇ ਵੀਡੀਓ ਪਾ ਦਿਉ ਆਪੇ ਕੰਟਰੋਵਰਸੀ ਹੋ ਜੂ ਅਤੇ ਤੁਹਾਡਾ ਗਾਣਾ ਹਿੱਟ ਹੋ ਜੂ ਤੁਹਾਡਾ ਕੀ ਵਿਚਾਰ ਆ ਸਾਰਿਆਂ ਦਾ ਇੱਕ ਹੋਰ ਆ ਟੁੱਟੇ ਦੰਦ ਵਾਲਾ ਪ੍ਰਧਾਨ ਮੰਤਰੀ ਜਿਹੜਾ ਆਪਦੇ ਆਪ ਨੂੰ ਕਹਿੰਦਾ ਇਹ ਨਹੀਂ ਫੇਸਬੁੱਕ ਨੂੰ ਸਾਹ ਲੈਣ ਦਿੰਦਾ ਇਹਨੇ ਵੀ ਹਰੇਕ ਦੇ ਕੰਮ ਦੇ ਵਿੱਚ ਲੱਤ ਅੜਾਉਣੀ ਅੜਾਉਣੀ ਆ ਹਰੇਕ ਦੀ ਲੱਤ ਇਹ ਖਿੱਚ ਦਿੰਦਾ ਤੁਰੇ ਜਾਂਦੇ ਦੀ ਇਹ ਤਾਂ ਉਹਨੂੰ ਟੈਕ ਕੇ ਬੈਠ ਹੁੰਦਾ ਵੀ ਤੂੰ ਉਹਦੇ ਦੰਦ ਲਵਾ ਲਾ ਹੈ ਨਾ ਤੂੰ ਕੀ ਲੈਣਾ ਲੋਕਾਂ 'ਤੇ ਵੀਡੀਓ ਪਾ ਕੇ ਪ੍ਰਧਾਨ ਮੰਤਰੀ ਜੱਸੀ ਜਸਰਾਜ ਦੇ ਮਸਲੇ 'ਤੇ ਲਾਈਵ ਹੋ ਕੇ ਉਹਨੂੰ ਕਰਦਾ ਫਲੋਗ ਕਲਾਕਾਰ ਫਲੋਪ ਕਲਾਕਾਰ ਹੁੰਦਾ ਆ ਭਾਈ ਫਲੋਗ ਕਲਾਕਾਰ ਨਹੀਂ ਹੁੰਦਾ ਜੇ ਤੈਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਪੰਜਾਬੀ 'ਚ ਬੋਲ ਲਾ ਹੈ ਨਾ ਉਹਨੂੰ ਕਹਿੰਦੇ ਫੇਲ ਕਲਾਕਾਰ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਵੀ ਇੱਕ ਨਮੂਨਾ ਹੀ ਆ ਇਹ ਵੀ ਬਸ ਇੱਦਾਂ ਹੀ ਆ ਪੈਦਲ ਹੀ ਆ ਦਿਮਾਗ ਤੋਂ ਬਾਂਦਰ ਦੇ ਹੱਥ 'ਚ ਮੋਬਾਈਲ ਆ ਗਿਆ ਲੱਗਦਾ ਆ ਪ੍ਰਧਾਨ ਮੰਤਰੀ ਨਾ ਬਸ ਨਮੂਨਾ ਹੀ ਆ